नाकेबंदी के दौरान कैंटर में से एक किलो अफीम और साठ किलो चूरा पोस्ट किया बरामद तस्कर कैंटर छोड़कर भागने में हुए कामयाब नशे के कारोबार पर रोक लगाने के लिए नशा तस्करों को काबू करने के लिए एसएसपी फिरोजपुर की तरफ से चलाई गई विशेष मुहिम के दौरान गुरु हर सहाय पुलिस को एक और बड़ी सफलता हासिल हुई इस सफलता के दौरान गुरु हर सहाय पुलिस ने गुप्त सूचना के तहत कार्रवाई करते हुए एक कैंटर में से एक किलो अफीम और साठ किलो चूरा पोस्ट बरामद किया जबकि यह नशा तस्कर कैंटर छोड़कर भागने में कामयाब हो गए। इस संबंधित जानकारी देते हुए थाना प्रमुख गुरु हर सहाय जसविंदर सिंह ने बताया कि मुखबिर ने कैंटर नंबर बताकर मुकदमा दर्ज करवाया था जिसके आधार पर नाकाबंदी करके कैंटर को काबू कर तलाशी के दौरान कैंटर के अंदर से अफीम और चूरा पोस्ट बरामद की ਉਕਤ ਨਸ਼ਾ ਤਸਕਰوں ਕੋ ਜਲਦ ਹੀ ਗ੍ਰਿਫਤਾਰ ਕੀਤਾ ਜਾਇਆ ਜਾਏਗਾ। ਬਰਾਮਦਗੀ ਕਿੱਥੋਂ ਰਿਕਵਸਟ ਹੋਈ ਜੀ? ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾਨ ਦੇ ਸਤਾ ਮਤਾਬਕ ਜੋ ਨਸ਼ਾ ਨੂੰ ਠੱਲ ਪਾਉਣ ਲਈ ਇੱਕ ਮਹਿੰਮਬਡੀ ਗਈ ਹੈ। ਉਸ ਨੂੰ ਭਾਰੀ ਸਫਲਤਾ حاصل ਮਿਲੀ ਜਦੋਂ ਸਾਡੇ ਐਸਏਆਈ ਅਮਰੀਕ ਸਿੰਘ ਨੂੰ ਮੁਖਬਰੀ ਮਿਲੀ ਮੋਠਾ ਵਾਲਾ ਚੌਂਕ ਦੇ ਵਿੱਚ ਕਿ ਇੱਕ ਕੈਂਟਰ ਨੰਬਰ ਜਿਹੜਾ ਪੀਪੀ 13 9210 ਜੋ ਕਿ ਕਫੀਮ ਅਤੇ ਪੁੱਕੀ ਵੇਚਣ ਦੇ ਆਦੀ ਹਨ ਮੁਖਫਰੀ ਮਿਲ ਤੇ ਜਿਹੜਾ ਉਹਨੇ ਪਰਚਾ ਦਰਜ ਕਰਾਇਆ ਮਕਦਮਾ ਨੰਬਰ 15 15 18 6185 ਗੁਰੂ ਹਰਸਾਹਿ ਦਰਜ ਕਰਾਇਆ ਉਸ ਤੋਂ ਬਾਅਦ ਜਿਹੜੀ ਇਨਫੋਰਮੇਸ਼ਨ ਡਿਵੈਲਪ ਕੀਤੀ ਗਈ ਸਾਡੇ ਸਬ ਇੰਸਪੈਕਟਰ ਬਲਰਾਜ ਸਿੰਘ ਨੇ ਇਹਨਾਂ ਨੂੰ ਨਾਲ ਲੈ ਕੇ ਉੱਥੇ ਨਾਕਾਬੰਦੀ ਕੀਤੀ ਗਈ ਰੱਤੇ ਵਾਲੇ ਜਿਹੜਾ ਡਰੇਨ ਪੁਲ ਦੇ ਉੱਪਰ ਨਾਕਾਬੰਦੀ ਦੇ ਦੌਰਾਨ ਸਾਹਮਣੇ ਤੋਂ ਜਿਹੜਾ ਕੈਂਟਰ ਉਹਨਾਂ ਨੇ ਕਾਬੂ ਕੀਤਾ ਬੰਦੇ ਜਿਹੜੇ ਭਜਣ ਦੇ ਵਿੱਚ ਸਫਲ ਹੋ ਗਏ ਜਦੋਂ ਇਹਦੀ ਸਰਚ ਕੀਤੀ ਗਈ ਕੈਂਟਰ ਦੀ ਤੇ ਵਿੱਚੋਂ ਇਹਦੇ ਦੋ ਗੱਟੇ ਜਿਹੜੇ ਜਿਹਦਾ ਵਜ਼ਨ ਕਰੀਬ 60 ਕਿਲੋ ਦੇ ਕਰੀਬ ਕਿਚੂਰਾ ਬੋਸਤ ਬਰਾਮਦ ਹੋਇਆ ਅਤੇ ਗੱਡੀ ਦੇ ਅਗਲੇ ਕੈਬਨ ਦੇ ਵਿੱਚੋਂ ਟਾਕੀ ਦੇ ਵਿੱਚੋਂ ਜਿਹੜੀ 1 ਕਿਲੋ ਅਫੀਮ ਬਰਾਮਦ ਹੋਈ ਦੋਸ਼ੀ ਵਜਨ ਦੇ ਵਿੱਚ ਕੰਮ ਜਾ ਬੋਗੇ ਅੱਜ ਅਸੀਂ ਜਿਹੜਾ ਮਾਮਲਾ ਮੁਕਦਮਾ ਅਦਾਲਤ ਦੇ ਵਿੱਚ ਪੇਸ਼ ਕੀਤਾ ਹੈ ਦੋਸ਼ੀਆਂ ਦੀ ਭਾਲ جاری ਹੈ ਜਲਦੀ ਤੋਂ ਜਲਦੀ ਜਿਹੜਾ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਇੱਕ ਦੋਸ਼ੀ ਜਿਹੜਾ ਸੰਤੋਖ ਸਿੰਘ ਟੋਲੀ ਹੈ ਅਤੇ ਦੂਸਰਾ ਸੁਖਵਿੰਦਰ ਸਿੰਘ ਨਾਂ ਦਾ ਜੋ ਪੂਲਾ ਪਿੰਡ ਤਰਨਤਾਰਨ ਦਾ ਰਹਿਣ ਵਾਲਾ ਹੈ ਜਿਸ ਦਾ ਕਿ ਸਾਨੂੰ ਸਟਾਮ ਗੱਡੀ ਦੇ ਵਿੱਚੋਂ ਵੀ ਮਿਲ ਗਿਆ ਹੈ ਉਸ ਦੇ ਨਾਮ ਪਰ ਜਿਹੜੀ ਗੱਡੀ ਹੈ ਅਸੀਂ ਇਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਵਾਂਗੇ